ਇਸ ਵੇਲੇ ਲੋਕ ਜਿਹੜੇ ਆ ਮਰਨ ਦੀ ਕਗਾਰ 'ਤੇ ਆ, ਪਾਣੀ ਨਾਲ ਲੋਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ, ਪਾਣੀ ਨਾਲ ਲੋਕਾਂ ਦੇ ਜਿਹੜੇ ਆ ਘਰ ਬਰਬਾਦ ਹੋ ਰਹੇ ਆ। ਪਿਛਲੇ ਸਾਲ ਚਿਕਨਗੁਣੀਆ ਦੀ ਬਿਮਾਰੀ ਨੇ ਘਰਾਂ ਦੇ ਘਰ ਮੰਜਿਆਂ ਦੇ ਪਾ ਦਿੱਤੇ ਅਤੇ ਲੋਕਾਂ ਨੇ 2-2 ਲੱਖ ਰੁਪਇਆ ਕਰਜ਼ਾ ਚੁੱਕ ਕੇ ਆਪਣੇ ਇਲਾਜ ਕਰਾਇਆ ਅਤੇ ਇਹਨਾਂ ਸਰਕਾਰਾਂ ਨੇ ਵੇਖਿਆ ਤੱਕ ਨਹੀਂ ਲੋਕਾਂ ਵੱਲ। MLA ਜਿਹੜੇ ਆਮ ਲੋਕਾਂ ਦੇ ਨਾਂ ਦੇ ਉੱਤੇ, ਬਦਲਾਵ ਦੇ ਨਾਂ ਦੇ ਉੱਤੇ ਜਿਹੜਾ ਰਾਜ ਕਰਨ ਆਏ ਸੀਗੇ, ਅੱਜ ਆ ਬਦਲਾਵ ਸਾਨੂੰ ਸਾਡੇ ਹੱਥਾਂ 'ਚ ਫੜਾ ਦਿੱਤਾ। ਸਾਡੇ ਘਰ ਭਾਈ ਤੂੰ ਨਾ ਆਈ, ਸਾਡੇ ਘਰ ਪਾਣੀ ਸਾਫ਼ ਨਹੀਂ ਹੁੰਦਾ, ਸਾਡੇ ਘਰ ਆਣ ਕੇ ਤੈਨੂੰ ਨਹਾਉਣ ਧੋਣ ਨਹੀਂ ਮਿਲਣਾ, ਸਾਡੇ ਘਰ ਆਣ ਕੇ ਤੈਨੂੰ ਚੰਗਾ ਖਾਣਾ ਨਹੀਂ ਮਿਲਣਾ। ਇਹ ਉਹ MLA ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ MLA ਆਉਣ ਸਾਡੀਆਂ ਗਲੀਆਂ 'ਚ, ਅਸੀਂ ਆ ਗੰਦਾ ਪਾਣੀ ਉਹਨਾਂ ਨੂੰ ਕਹਾਂਗੇ ਪੀ ਕੇ ਪਹਿਲਾਂ ਫਿਰ ਸਾਡੇ ਨਾਲ ਗੱਲ ਕਰੀ, ਫਿਰ ਵੋਟਾਂ ਦੀ ਗੱਲ ਕਰੀ, ਵੋਟਾਂ ਫਿਰ ਮੰਗੀ, ਇਹ ਪਾਣੀ ਨਾਲ ਨਵਾ ਨਵਾ ਕੇ ਇੱਥੋਂ ਤੋਰਾਂਗੇ। ਜਿਹੜੀ ਸਰਕਾਰ ਮੌਕੇ 'ਤੇ ਮੌਜੂਦ ਹੁੰਦੀ ਆ, ਸਵਾਲ ਉਹਨੂੰ ਕੀਤੇ ਜਾਂਦੇ ਆ ਅਤੇ ਜਵਾਬ ਦੇ ਵੀ ਉਹੀ ਹੁੰਦੀ ਹੈ, 1,65,00,000 ਰੁਪਇਆ ਲਿਆਇਆ ਅਤੇ ਆਪਣੇ ਦਾਰੂ ਦੇ ਜਿਹੜੇ ਸੋਢੇ 'ਚ ਨੇ ਮੁਕਾਤਾ ਉਹਦਾ ਹਿਸਾਬ ਦਵੇ ਆਣ ਕੇ ਸਾਨੂੰ ਵੀ 1,65,00,000 ਰੁਪਇਆ ਨੇ ਲਿਆਉਂਦਾ ਕਿੱਥੇ ਆ। ਗੱਲ ਇਹ ਨਹੀਂ ਆ ਵੀ ਪਿਛਲੀਆਂ ਸਰਕਾਰਾਂ ਦੀ ਗਲਤੀ ਸੀ, ਜੇ ਪਿਛਲੀਆਂ ਸਰਕਾਰਾਂ ਦੀ ਗਲਤੀ, ਲੋਕਾਂ ਨੇ ਬੜੇ ਵੱਡੇ ਫਤਵੇ ਨਾਲ 92 ਦਿੱਤੇ ਇਹਨਾਂ ਨੂੰ, ਇਹਨਾਂ ਸਾਨੂੰ ਕੀ ਦਿੱਤਾ, ਸਾਡੇ ਹੱਥਾਂ 'ਚੋਂ ਰੋਜ਼ੀ 20 ਖੋਲੀ। ਇਸ ਵੇਲੇ ਸਿਰ ਇਹਨਾਂ ਪਹਿਲਾਂ ਸਮਾਂ ਮੌਕਾ ਮੰਗਿਆ ਮੌਕਾ ਦੇ ਤਾ, ਫਿਰ ਸਮਾਂ ਮੰਗਿਆ ਸਮਾਂ ਦੇ ਤਾ, ਹੁਣ 2.5 ਸਾਲਾਂ ਜਿਹਨਾਂ ਕੋਲ ਪਾਣੀ ਦੀ ਸਮੱਸਿਆ ਨਹੀਂ ਹੱਲ ਹੋਈ। ਪਹਿਲੇ MLA ਜਿਹੜੇ ਉਹਨਾਂ ਨੂੰ ਬੰਦੇ ਇੱਕ ਬੰਦੇ ਦਾ ਪਤਾ ਹੁੰਦਾ ਸੀ, ਗੱਲਬਾਤ ਸੁਣਦੇ ਸੀ, ਇਹਨਾਂ ਨੇ ਤਾਂ ਅੱਖਾਂ ਜਿਹੜੀਆਂ ਸਿਰ ਦੇ ਉੱਤੇ ਲਾ ਦਿੱਤੀਆਂ, ਜਿਹੜੇ ਕਿਸੇ ਨੂੰ ਵਹਿੰਦੇ ਨਹੀਂ ਉੱਤੋਂ ਹੀ ਲੰਘ ਜਾਂਦੇ ਆ। ਪ੍ਰਸ਼ਾਸਨ ਕਿੰਨੀ ਵਾਰ ਅਸੀਂ ਕਿਹਾ ਵੀ ਸਾਡਾ ਪਾਣੀ ਬਹੁਤ ਗੰਦਾ ਆਉਣ ਡਿਆ ਵਾ, ਨਹੀਂ ਕੋਈ ਆਇਆ ਹੀ ਨਹੀਂ, ਕੋਈ ਵੇਖਣ ਹੀ ਨਹੀਂ ਆਇਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਛਾਟਾ ਜਗਦੀਸ਼ ਨਿਵਾਸ ਦੀਆਂ, ਜਿੱਥੇ ਲੋਕ ਹੱਥਾਂ ਵਿੱਚ ਪੀਣ ਵਾਲਾ ਪਾਣੀ ਜਿਹੜਾ ਕਿ ਅੱਜ ਗੰਦਾ ਆ ਰਿਹਾ ਵਾ, ਮਜਬੂਰ ਨੇ, ਤੁਸੀਂ ਦੇਖ ਸਕਦੇ ਹੋ ਵੀ ਬੋਤਲਾਂ ਵਿੱਚ ਪਾਣੀ ਫੜਾ ਜਿਹੜਾ ਸਾਨੂੰ ਦਿਖਾ ਰਹੇ ਨੇ ਤਸਵੀਰਾਂ ਵਿੱਚ, ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਲੋਕ ਨੇ ਗੰਦਾ ਪਾਣੀ ਪੀਣ ਵਾਸਤੇ ਮਜਬੂਰ ਨੇ। ਗੱਲਬਾਤ ਕਰਾਂਗੇ ਇਲਾਕਾ ਨਿਵਾਸੀਆਂ ਦੇ ਨਾਲ, ਜਿੱਥੇ ਕਿ ਪਾਣੀ ਦਾ ਜਿਹੜਾ ਮੁੱਖ ਮੁੱਦਾ ਵਾ, ਅੱਜ ਤੱਕ ਇਹ ਸਰਕਾਰਾਂ ਇਹ ਪਾਣੀ ਦਾ ਮਸਲਾ ਜਿਹੜਾ ਹੱਲ ਨਹੀਂ ਕਰਾ ਸਕੀਆਂ, ਪਾਣੀ ਦੇ ਪਿੱਛੇ ਜਿਹੜੀਆਂ ਲੜਾਈਆਂ ਹੋ ਜਾਂਦੀਆਂ ਨੇ, ਲੋਕਾਂ ਦੀ ਸਿਹਤ ਪਾੜ ਜਾਂਦੇ ਨੇ, ਅਤੇ ਕਿਸ ਤਰ੍ਹਾਂ ਦੇਖਦੇ ਹੋ ਪਾਣੀ ਦਾ ਮੁੱਦਾ ਅਹਿਮ ਮੁੱਦਾ ਵਾ, ਵੋਟਾਂ ਨੇੜੇ ਆ ਗਈਆਂ ਨੇ, MLA ਸਾਹਿਬ ਮੰਤਰੀਆਂ ਲੋਕਾਂ ਜਾ ਕੇ ਫਿਰ ਆ ਕੇ ਪਾਣੀ ਪੀ ਵੋਟਾਂ ਮੰਗਣੀਆਂ ਨੇ, ਪਾਣੀ ਸ਼ਾਇਦ ਪੀਣਗੇ ਅਤੇ ਕੀ ਕਹਿਣਾ ਚਾਹੋਗੇ। ਇਹ ਅੱਗੇ ਲੜਾਈ ਰਾਜ ਸੱਤਾ ਸੀ ਹੁੰਦੀ ਸੀਗੀ, ਪਰ ਹੁਣ ਕਹਿੰਦੇ ਜਿਹੜਾ ਤੀਜੀ ਵਰਲਡ ਵਾਰ ਲੱਗਣੀ ਉਹ ਪਾਣੀ ਪਿੱਛੇ ਲੱਗਣੀ ਆ, ਅਤੇ ਇਹਦੇ ਨਿਸ਼ਾਨ ਵਿਖਣ ਲੱਗ ਪਏ ਸਾਨੂੰ। ਅੱਜ ਜਿੱਥੇ ਅੰਮ੍ਰਿਤਸਰ ਜਿਹੜਾ ਵਾ ਵਸਾਇਆ ਗਿਆ ਸੀਗਾ, ਅਤੇ ਗੁਰੂਆਂ ਪੀਰਾਂ ਨੇ ਇੱਥੇ ਛਿਆਟਾ ਸਾਹਿਬ ਦੇ 6 ਖੂਹ ਲਗਾਏ ਸੀਗੇ, ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲਿਆ, ਜੋ 6 ਖੂਹ ਇਹਨਾਂ ਰਾਜਨੀਤਿਕ ਲੋਕਾਂ ਨੇ ਰਲ ਮਿਲ ਕੇ 6 ਖੂਹ ਜਿਹੜੇ ਆ ਉਹ ਗੰਧਲੇ ਕਰਤੇ। ਅੱਜ ਬੜਾ ਬੁਰਾ ਹਾਲ ਆ ਛਾਟੇ ਦਾ, ਇਸ ਵੇਲੇ ਲੋਕ ਜਿਹੜੇ ਆ ਮਰਨ ਦੀ ਕਗਾਰ 'ਤੇ ਆ, ਪਾਣੀ ਨਾਲ ਲੋਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ, ਪਾਣੀ ਨਾਲ ਲੋਕਾਂ ਦੇ ਜਿਹੜੇ ਆ ਘਰ ਬਰਬਾਦ ਹੋ ਰਹੇ ਆ, ਜਿਹੜੇ ਮਿਹਨਤਕਸ਼ ਲੋਕ ਆ ਉਹ ਇੱਕ ਪਾਸੇ ਜਿੱਥੇ ਰੋਟੀ ਕਮਾ ਰਿਹਾ ਅਤੇ ਉਸ ਤੋਂ ਵੱਧ ਪੈਸੇ ਕਰਜ਼ਾ ਚੁੱਕ ਚੁੱਕ ਕੇ ਆਪਣੇ ਇਲਾਜ 'ਤੇ ਲਾ ਰਿਹਾ। ਪਿਛਲੇ ਸਾਲ ਚਿਕਨਗੁਣੀਆ ਦੀ ਬਿਮਾਰੀ ਨੇ ਘਰਾਂ ਦੇ ਘਰ ਮੰਜਿਆਂ ਦੇ ਪਾ ਦਿੱਤੇ ਅਤੇ ਲੋਕਾਂ ਨੇ 2-2 ਲੱਖ ਰੁਪਇਆ ਕਰਜ਼ਾ ਚੁੱਕ ਕੇ ਆਪਣੇ ਇਲਾਜ ਕਰਾਇਆ, ਅਤੇ ਇਹਨਾਂ ਸਰਕਾਰਾਂ ਨੇ ਵੇਖਿਆ ਤੱਕ ਨਹੀਂ ਲੋਕਾਂ ਵੱਲ, ਅਤੇ ਲੋਕਾਂ ਦਾ ਹਾਲੇ ਤੱਕ ਕਰਜ਼ਾ ਨਹੀਂ ਲੱਥਾ, ਅਤੇ ਇਹ ਇੱਕ ਨਵੀਂ ਜਿਹੜੀ ਆ ਗਰਮੀ ਆਈ ਉਹਦੇ ਵਿੱਚ ਫਿਰ ਨਵੇਂ ਤੌਰ 'ਤੇ ਬਿਮਾਰੀਆਂ ਦੀ ਜਿਹੜੀ ਚਪੇਟ 'ਚ ਲੋਕ ਆਉਂਦੇ ਆ, ਪਰ ਇਸ ਵੇਲੇ ਲੋਕ ਮਿਹਨਤਕਸ਼ ਲੋਕ ਆ, ਇਹ ਇੰਨਾ ਅਫੋਰਡ ਨਹੀਂ ਕਰ ਸਕਦੇ, ਅਤੇ ਜੇ ਐਤਕੀ ਇਲਾਕੇ 'ਚ ਬਿਮਾਰੀ ਫੈਲ ਗਈ, ਇਹ MLA ਜਿਹੜੇ ਆਮ ਲੋਕਾਂ ਦੇ ਨਾਂ ਦੇ ਉੱਤੇ ਬਦਲਾਵ ਦੇ ਨਾਂ ਦੇ ਉੱਤੇ ਜਿਹੜਾ ਰਾਜ ਕਰਨ ਆਏ ਸੀਗੇ, ਅੱਜ ਆ ਬਦਲਾਵ ਸਾਨੂੰ ਸਾਡੇ ਹੱਥਾਂ 'ਚ ਫੜਾ ਦਿੱਤਾ। ਸਾਡੇ ਘਰ ਜਿਹੜਾ ਕੋਈ ਰਿਸ਼ਤੇਦਾਰ ਕਹਿੰਦਾ ਨਾ ਮੈਂ ਆਉਣਾ ਤੁਹਾਨੂੰ ਮਿਲਣਾ, ਆਪਾਂ ਉਹਨੂੰ ਮਨ੍ਹਾ ਕਰ ਦਿੰਦੇ ਹਾਂ, ਇਹ ਬਦਲਾਵ ਆਇਆ ਵੀ ਸਾਡੇ ਘਰ ਭਾਈ ਤੂੰ ਨਾ ਆਈ, ਸਾਡੇ ਘਰ ਪਾਣੀ ਸਾਫ਼ ਨਹੀਂ ਹੁੰਦਾ, ਸਾਡੇ ਘਰ ਆਣ ਕੇ ਤੈਨੂੰ ਨਹਾਉਣ ਧੋਣ ਨਹੀਂ ਮਿਲਣਾ, ਸਾਡੇ ਘਰ ਆਣ ਕੇ ਤੈਨੂੰ ਚੰਗਾ ਖਾਣਾ ਨਹੀਂ ਮਿਲਣਾ, ਆਪਾਂ ਤਾਂ ਬਿਮਾਰੀ ਦੀ ਚਪੇਟ 'ਚ ਹੈਗੇ ਹਾਂ, ਅਤੇ ਤੂੰ ਨਾ ਕਿਤੇ ਇਸ ਚਪੇਟ 'ਚ ਆ ਜੀ। ਸਾਡੀਆਂ ਧੀਆਂ ਭੈਣਾਂ, ਸਾਡੇ ਬਜ਼ੁਰਗ ਜਿਹੜੇ ਵਧੇਰੀ ਉਮਰ ਦੇ ਆ, ਉਹਨਾਂ ਦਾ ਬੁਖਾਰ ਨਹੀਂ ਉਤਰ ਰਿਹਾ,
ਉਹਨਾਂ ਨੂੰ ਇਨਫੈਕਸ਼ਨ ਦੀਆਂ ਬਿਮਾਰੀਆਂ ਜਿਹੜੀਆਂ ਫੈਲੀਆਂ ਪੇਟ ਦੀਆਂ ਇਨਫੈਕਸ਼ਨ ਦੀਆਂ, ਹਜ਼ਾਰਾਂ ਰੁਪਈਆ ਲਾ ਕੇ ਉਹ ਜਿਹੜਾ ਵਾ ਆਪਣਾ ਇਲਾਜ ਕਰਾ ਰਿਹਾ, ਪਰ ਸਰਕਾਰ ਦੇ ਕੰਨਾਂ 'ਤੇ ਜੂ ਨਹੀਂ ਸਰਕ ਰਹੀ। ਇਹ ਉਹ MLA ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ MLA ਆਉਣ ਸਾਡੀਆਂ ਗਲੀਆਂ 'ਚ, ਅਸੀਂ ਆ ਗੰਦਾ ਪਾਣੀ ਉਹਨਾਂ ਨੂੰ ਕਹਾਂਗੇ ਪੀ ਕੇ ਪਹਿਲਾਂ ਫਿਰ ਸਾਡੇ ਨਾਲ ਗੱਲ ਕਰੀ, ਫਿਰ ਵੋਟਾਂ ਦੀ ਗੱਲ ਕਰੀ, ਵੋਟਾਂ ਫਿਰ ਮੰਗੀ, ਇਹ ਪਾਣੀ ਉਹਨਾਂ ਨੂੰ ਨਵਾ ਨਵਾ ਕੇ ਇੱਥੋਂ ਤੋਰਾਂਗੇ। ਇਸ ਤਰ੍ਹਾਂ ਦੇ ਸਰਵਿਸਿੰਗ ਹੈਰੀ ਜੀ, ਅਸੀਂ ਦੇਖਿਆ ਵੀ ਅਸੀਂ ਪੰਜਾਬੀ ਹਾਂ, ਜਦੋਂ ਵੀ ਕਿਤੇ ਸਾਡੇ ਘਰੇ ਪ੍ਰਾਹੁਣਾ ਚਾਰੀ ਹੁੰਦੀ ਹੈ, ਕੋਈ ਭੈਣ ਭਰਾ ਆਉਂਦਾ, ਅਸੀਂ ਜਾਂਦੇ ਹਾਂ ਪਹਿਲਾਂ ਉਹ ਕਹਿੰਦੇ ਵੀ ਚਾਹ ਪਾਣੀ ਪੀਓਗੇ, ਉਸ ਤੋਂ ਬਾਅਦ ਅਗਲਾ ਸਵਾਲ ਕਰਦੇ ਹਾਂ ਅਤੇ ਕੀ ਕਹਿਣਾ ਚਾਹੋਗੇ ਪਾਣੀ ਇੰਨਾ ਗੰਦਾ ਆ ਰਿਹਾ, ਫਿਰ ਕਿਸ ਤਰ੍ਹਾਂ ਦੀ ਆਪਾਂ ਕਰੋਗੇ? ਉਹਨਾਂ ਨੂੰ ਅਸੀਂ ਕੋਲਡ ਡਰਿੰਕ ਪਿਆ ਰਹੇ ਹਾਂ, ਅਸੀਂ ਦਿਹਾੜੀ ਦਾ 400-500 ਰੁਪਈਆ ਜਿਹੜਾ ਸਾਫ਼ ਪਾਣੀ ਅਤੇ ਕੋਲਡ ਡਰਿੰਕ ਲਈ ਖਰਚ ਰਹੇ ਹਾਂ, ਉੰਨੀ ਕੁ ਸਾਡੀ ਮਜ਼ਦੂਰੀ ਆ, ਅਸੀਂ ਉੰਨਾ ਕੁ ਕਮਾਉਂਦੇ ਹਾਂ ਅਤੇ ਉਹਨਾਂ ਸਿਰਫ ਜਿਹੜੇ ਸਾਡੇ ਰਿਸ਼ਤੇਦਾਰ ਆਉਂਦੇ ਉਹਨਾਂ ਨੂੰ ਕੋਲਡ ਡਰਿੰਕ ਅਤੇ ਪਾਣੀ ਪਿਉਣ 'ਚ ਹੀ ਲੰਘ ਜਾਂਦਾ ਸਾਡਾ, ਅਸੀਂ ਕੋਈ ਹੋਰ ਕੰਮ ਨਹੀਂ ਕਰ ਰਹੇ, ਸਿਰਫ ਅਸੀਂ ਆਪਣੇ ਘਰੋਂ ਕੰਮ 'ਤੇ ਜਾਂਦੇ ਹਾਂ ਸਿਰਫ ਇੱਕ ਪਾਣੀ ਲਈ, ਵੀ ਪਾਣੀ ਦੀ ਲੜਾਈ ਇੱਕ ਛੋਟੀ ਲੜਾਈ ਗਿਣੀ ਜਾਂਦੀ ਹੈ, ਪਰ ਇਸ ਵੇਲੇ ਬੜੀ ਵੱਡੀ ਪੱਧਰ 'ਤੇ ਲੜਾਈ ਬਣੀ ਪਈ ਹੈ, ਸਾਡੇ ਬੱਚੇ ਬਿਮਾਰ ਹੋ ਰਹੇ ਆ, ਸਾਡੇ ਬਜ਼ੁਰਗ ਬਿਮਾਰ ਹੋ ਰਹੇ ਆ, ਪਰ ਇਹ ਸਰਕਾਰਾਂ ਜਿਹੜੀਆਂ ਆਪਣੇ AC ਰੂਮਾਂ 'ਚ ਬਹਿ ਕੇ ਉੱਥੋਂ ਤਾਨਾਸ਼ਾਹੀ ਰਵੱਈਆ ਵਰਤ ਰਹੀਆਂ, ਜਿੱਥੇ ਅੱਗੇ ਕਹਿੰਦੇ ਨਸ਼ਾ ਵੱਡਾ ਮੁੱਦਾ, ਪਰ ਇਹ ਨਸ਼ੇ ਨਾਲੋਂ ਵੱਡਾ ਮੁੱਦਾ ਪਾਣੀ ਦਾ ਬਣ ਗਿਆ। ਇਹੀ MLA ਆ ਜਿਹੜਾ ਛਾਟੇ ਚੌਂਕ ਦੇ ਵਿੱਚ ਕਹਿੰਦਾ ਵੀ ਹੈਰੀ ਦੀ ਆਵਾਜ਼ ਬੰਦ ਕਰੋ, ਵੀ ਨਸ਼ੇ ਖਿਲਾਫ਼ ਬੋਲਦਾ, ਅਤੇ ਹੁਣ ਕਿਹਦੀ ਆਵਾਜ਼ ਬੰਦ ਕਰੇਗਾ? ਹੁਣ ਤਾਂ ਲੋਕਾਂ ਦੀਆਂ ਗਲੀ ਮੁਹੱਲਿਆਂ 'ਚ ਇਹ ਆਵਾਜ਼ ਆਉਣ ਲੱਗ ਪਈ ਆ, ਇੱਕ ਨਸ਼ੇ ਦੀ ਅਤੇ ਇੱਕ ਪਾਣੀ ਦੀ, ਤੂੰ ਕਿਹੜੀ ਕਿਹੜੀ ਆਵਾਜ਼ ਬੰਦ ਕਰੇਗਾ? ਆਉਣ ਵਾਲੇ ਲੋਕਾਂ ਨੇ ਤੈਨੂੰ ਸੜਕਾਂ 'ਤੇ ਦੜਾ ਦੜਾ ਕੁੱਟਣਾ। ਅਤੇ ਮੈਨੂੰ ਦੱਸੋ ਵੀ ਹੈਰੀ ਜੀ ਕਿੰਨਾ ਸਮਾਂ ਹੋ ਗਿਆ ਗੰਦਾ ਪਾਣੀ ਆਉਂਦਿਆਂ ਨੂੰ? ਅਸੀਂ ਦੇਖਿਆ ਵੀ ਗਰਮੀ ਪੈ ਰਹੀ ਹੈ, ਗਰਮੀ ਦੀ ਦਿਹਾੜੀ 100-100 ਵਾਰੀ ਪਾਣੀ ਪੀਣਾ ਪੈਂਦਾ, ਨਹਾਉਣਾ ਪੈਂਦਾ ਵਾ, ਅਤੇ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦਾ ਪਾਣੀ ਆ ਰਿਹਾ? ਅਸੀਂ ਦੇਖਿਆ ਪਾਣੀ ਦੇ ਵਿੱਚ ਆ ਜਿਹੜੇ ਚੇਅਰਮੈਨ ਅੱਗੇ ਕਹਿਣ ਵੀ ਜਿਹੜੇ ਜੀਰੇ ਨੇ ਕੀ ਕੀੜੇ ਤੁਰੇ ਨੇ, ਕੀ ਕਹਿਣਾ ਚਾਹੋਗੇ? ਇਹ ਦੇਖੋ ਜੀ, ਪਾਣੀ ਮਹੀਨੇ ਦੇ ਵਿੱਚ 15 ਦਿਨ ਗੰਦਾ ਹੁੰਦਾ, 15 ਦਿਨ ਸਾਫ਼ ਹੁੰਦਾ, ਉਹਦੇ 'ਚ ਬੋ ਹੁੰਦੀ। ਅਸੀਂ ਐਕਚੁਅਲੀ ਜਿਹੜਾ ਕਾਰਪੋਰੇਸ਼ਨ ਦਾ ਪਾਣੀ ਨਹੀਂ ਵਰਤ ਰਹੇ, ਇਹਨਾਂ ਦੀ ਕਾਰਪੋਰੇਸ਼ਨ ਦਾ ਢਾਂਚਾ ਹੀ ਨਹੀਂ ਹੈਗਾ, ਇਹਨਾਂ ਨੇ ਸਾਫ਼ ਪਾਣੀ ਸਾਨੂੰ ਕੀ ਦੇਣਾ? ਇਸ ਵੇਲੇ ਬੜੀ ਵੱਡੀ ਪੱਧਰ 'ਤੇ 15 ਦਿਨਾਂ ਦੇ ਵਿੱਚ ਸਾਨੂੰ ਜਿਹੜਾ ਵਾ ਉਹ ਗੰਦਾ ਪਾਣੀ ਪੀਣਾ ਪੈਂਦਾ। ਆਹ ਹੁਣ ਜਿਹੜੀ ਨਵੀਂ ਪ੍ਰੋਬਲਮ ਆਈ ਆ ਜੰਗਾਲ ਹੈ ਪਾਣੀ ਆਉਣ ਦੀ, ਇਹ 5 ਦਿਨ ਤੋਂ ਆ ਰਹੀ ਹੈ ਲਗਾਤਾਰ। ਪਹਿਲਾਂ ਜਿਹੜਾ ਪਾਣੀ ਆਉਂਦਾ ਸੀ ਉਹ ਬਦਬੂਦਾਰ ਹੁੰਦਾ ਸੀ ਅਤੇ ਇਹਦੇ ਨਾਲੋਂ ਘੱਟ ਜੰਗਾਲਿਆ ਸੀ, ਪਰ ਹੁਣ ਬਹੁਤ ਵੱਡੇ ਪੱਧਰ 'ਤੇ ਜੰਗਾਲਿਆ ਪਾਣੀ ਆਉਂਦਿਆ ਕਰ। ਸਾਡੇ ਘਰਾਂ ਦੀਆਂ ਸਾਰਿਆਂ ਨੂੰ ਟੈਂਕੀਆਂ ਸਾਫ਼ ਕਰਾਉਣੀਆਂ ਪੈਣੀਆਂ। ਇਹ ਛਿਆਟੇ ਦੇ ਇੱਕ ਕਸਬੇ ਜਾਂ ਇੱਕ ਮੁਹੱਲੇ ਦੀ ਕਹਾਣੀ ਨਹੀਂ ਹੈ, ਪੂਰੇ ਛਿਆਟੇ ਦੀ ਆ। ਚਾਹੇ ਉਹ ਦਵਾਈਆਂ ਵਾਲਾ ਹੋਵੇ, ਚਾਹੇ ਉਹ ਭੱਲਾ ਕਲੋਨੀ ਹੋਵੇ, ਚਾਹੇ ਜਗਦੀਸ਼ ਨਿਵਾਸ ਹੋਵੇ, ਚਾਹੇ ਪੇਚਾਂ ਵਾਲਾ ਹੋਵੇ, ਚਾਹੇ ਕਰਤਾਰ ਨਗਰ ਹੋਵੇ, ਚਾਹੇ ਤੁਸੀਂ ਖੰਡ ਵਾਲੇ ਪਾਸੇ ਵੀ ਤੁਸੀਂ ਇੰਟਰਵਿਊ ਕਰਕੇ ਆਏ, ਲੋਕਾਂ ਦਾ ਕੀ ਹਾਲ ਆ? ਇਹ ਹਾਲ ਹੋ ਗਿਆ, ਸਾਡੀਆਂ ਟੈਂਕੀਆਂ 'ਚ ਕੀੜੇ ਚੱਲ ਗਏ ਆ। ਸਾਨੂੰ ਟੈਂਕੀਆਂ ਦਾ ਪਾਣੀ ਪੀਣਾ ਜਿਹੜਾ ਪਹਿਲਾਂ ਉਹਦੀਆਂ ਚੰਗੀ ਤਰ੍ਹਾਂ ਸਫਾਈ ਕਰਾਉਣੀ, ਹੋ ਸਕਦਾ ਸਾਨੂੰ ਟੈਂਕੀਆਂ ਨਵੀਆਂ ਬਦਲਣੀਆਂ ਪੈਣ। ਸਰਵਿਸ ਸਿੰਘ ਹੈਰੀ ਇਸ ਸੰਬੰਧ ਅਸੀਂ ਗੱਲਬਾਤ ਵੀ ਕੀਤੀ MLA ਸਾਹਿਬ ਨਾਲ, ਉਹਨਾਂ ਕਹਿਣਾ ਵੀ ਪੁਰਾਣੀ ਸਰਕਾਰਾਂ ਦਾ ਜਿਹੜਾ ਸੀ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਉਹੀ ਜਿਹੜਾ ਸਾਡੇ ਗੱਲ ਆ, ਪਰ ਅਸੀਂ ਕਹਿੰਦੇ ਕੰਮ ਕਰ ਰਹੇ ਹਾਂ, ਇੱਕ ਦੋ ਦਿਨਾਂ ਤੱਕ ਕਹਿੰਦਾ ਜੀ ਜਿਹੜਾ ਪਾਣੀ ਆ ਪੀਣ ਵਾਲਾ ਸਾਫ਼ ਹੋ ਜਾਏਗਾ, ਕੀ ਕਿਸਾਂ ਦੀ? ਉਹਨੂੰ ਕੋਈ ਆਪਣੀ ਕੁਰਸੀ ਛੱਡ ਦੇਵੇ, ਦੂਜੀਆਂ ਸਰਕਾਰਾਂ ਨੂੰ ਪੁੱਛ ਲਾਂਗੇ। ਜਿਹੜੀ ਸਰਕਾਰ ਮੌਕੇ 'ਤੇ ਮੌਜੂਦ ਹੁੰਦੀ ਆ, ਸਵਾਲ ਉਹਨੂੰ ਕੀਤੇ ਜਾਂਦੇ ਆ ਅਤੇ ਜਵਾਬ ਦੇ ਵੀ ਉਹੀ ਹੁੰਦੀ ਹੈ, 1,65,00,000 ਰੁਪਇਆ ਲਿਆਇਆ ਅਤੇ ਆਪਣੇ ਦਾਰੂ ਦੇ ਜਿਹੜੇ ਸੋਢੇ 'ਚ ਨੇ ਮੁਕਾਤਾ ਉਹਦਾ ਹਿਸਾਬ ਦੇਵੇ, ਆਣ ਕੇ ਸਾਨੂੰ ਵੀ 1,65,00,000 ਰੁਪਇਆ ਨੇ ਲਿਆਂਦਾ, ਕਿੱਥੇ ਆ? ਖਾ ਗਿਆ ਨਾ, ਕਿੱਥੇ ਲਾਇਆ ਇਹਨੇ? ਦੱਸੇ ਰੁਪਈਆ ਦੱਸੇ ਸਾਨੂੰ। ਗੱਲ ਇਹ ਨਹੀਂ ਆ ਵੀ ਪਿਛਲੀਆਂ ਸਰਕਾਰਾਂ ਦੀ ਗਲਤੀ ਸੀ, ਜੇ ਪਿਛਲੀਆਂ ਸਰਕਾਰਾਂ ਦੀ ਗਲਤੀ, ਲੋਕਾਂ ਨੇ ਬੜੇ ਵੱਡੇ ਫਤਵੇ ਨਾਲ 92 ਦਿੱਤੇ ਇਹਨਾਂ ਨੂੰ, ਅਤੇ ਇਹਨਾਂ ਸਾਨੂੰ ਕੀ ਦਿੱਤਾ? ਸਾਡੇ ਹੱਥਾਂ 'ਚੋਂ ਰੋਜ਼ੀ ਵੀ ਖੋਲ੍ਹੀ, ਸਾਡੇ ਹੱਥਾਂ 'ਚੋਂ ਸਾਫ਼ ਪਾਣੀ ਵੀ ਖੋਲ੍ਹਿਆ, ਇਹ ਹਾਲਾਤ ਕਰਤੇ ਇਹਨਾਂ ਨੇ ਸਾਡੇ। ਇਸ ਵੇਲੇ ਸਵਾਲ ਇਹ ਨਹੀਂ ਪਿਛਲੀਆਂ ਸਰਕਾਰਾਂ ਦੀ, ਇਸ ਵੇਲੇ ਸਰ ਇਹਨਾਂ ਪਹਿਲਾਂ ਸਮਾਂ ਮੌਕਾ ਦੇ ਤਾ, ਫਿਰ ਸਮਾਂ ਮੰਗਿਆ ਸਮਾਂ ਦੇ ਤਾ, ਹੁਣ 2.5 ਸਾਲਾਂ ਜਿਹਨਾਂ ਕੋਲ ਪਾਣੀ ਦੀ ਸਮੱਸਿਆ ਨਹੀਂ ਹੱਲ ਹੋਈ, ਬਾਕੀ ਇਹਨਾਂ ਸਮੱਸਿਆ ਹੱਲ ਕਿੱਥੋਂ ਕਰਨੀ ਆ? ਇਹਨਾਂ ਦੇ ਪੱਲੇ ਕੁਛ ਨਹੀਂ, ਇਹਨਾਂ ਨੂੰ ਸਮਝ ਕੁਛ ਨਹੀਂ। ਵਿਧਾਇਕ ਜ਼ਰੂਰ ਬਣ ਗਿਆ, ਵਿਧਾਨ ਸਭਾ ਦੇ ਵਿੱਚ ਚਲੇ ਗਿਆ, ਪਰ ਵਿਧਾਨ ਨਹੀਂ ਪਤਾ ਇਹਨਾਂ ਨੂੰ MLA ਦੀ ਮਰਿਆਦਾ ਨਹੀਂ ਪਤਾ। ਪਹਿਲੇ MLA ਜਿਹੜੇ ਉਹਨਾਂ ਨੂੰ ਬੰਦੇ ਇੱਕ ਬੰਦੇ ਦਾ ਪਤਾ ਹੁੰਦਾ ਸੀ, ਗੱਲਬਾਤ ਸੁਣਦੇ ਸੀ। ਇਹਨਾਂ ਨੇ ਤਾਂ ਅੱਖਾਂ ਜਿਹੜੀਆਂ ਸਿਰ ਦੇ ਉੱਤੇ ਲਾਤੀਆਂ,
ਜਿਹੜੇ ਕਿਸੇ ਨੂੰ ਵਹਿੰਦੇ ਹੀ ਨਹੀਂ, ਉੱਤੋਂ ਹੀ ਲੰਘ ਜਾਂਦੇ ਆ। ਇਸ ਵੇਲੇ ਹਾਲਾਤ ਕੋਈ ਬਾਹਲੇ ਚੰਗੇ ਨਹੀਂ ਆ। ਜਿਹੜੇ ਲੋਕਾਂ ਨੇ 92 ਦਿੱਤੇ ਸੀ, ਉਹੀ 92 ਲੋਨ ਨੂੰ ਫਿਰਾਉਂਦੇ ਆ। ਇਹਨਾਂ ਨੂੰ ਸੜਕਾਂ 'ਤੇ ਦੜਾਉਣ ਨੂੰ ਤਿਆਰ ਆ। ਕਿਸ ਤਰ੍ਹਾਂ ਦੇ ਦਿਓ? ਕਹਿੰਦੇ ਵੀ ਹਲਕੇ ਦੇ MLA ਜਿਹੜੇ ਡਾਕਟਰ ਸੁਖਬੀਰ ਸਿੰਘ ਸੰਧੂ ਨੇ, ਖੁਦ ਡਾਕਟਰ ਨੇ, ਕਹਿੰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਗੰਦੇ ਪਾਣੀ ਪੀਣ ਦੇ ਨਾਲ ਕਿਹੜੀ ਕਿਹੜੀ ਬਿਮਾਰੀਆਂ ਜਿਹੜੀਆਂ ਸਾਨੂੰ ਲੱਗਦੀਆਂ ਨੇ, ਕੀ ਹਾਲਾਤ ਨੇ ਕਹਿੰਦੇ ਇਸ ਬਿਮਾਰੀ ਨਾਲ। ਉਹ ਕਹਿੰਦੇ ਵੀ ਜਲਦ ਤੋਂ ਜਲਦ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਇਸਦਾ। ਇੱਕ ਦੋ ਦਿਨਾਂ ਕਹਿੰਦੇ ਅਫਸਰਾਂ ਨਾਲ ਗੱਲਬਾਤ ਹੋ ਗਈ ਹੈ। ਇਹ ਇੱਕ ਦੋ ਦਿਨ 5 ਸਾਲ ਤੋਂ ਜ਼ਿਆਦਾ ਹੁੰਦੇ ਆ, 2.5 ਸਾਲ ਹੋ ਗਏ। 2.5 ਸਾਲਾਂ 'ਚ ਇੱਕ ਦੋ ਦਿਨ ਮੁੱਕੇ ਨਹੀਂ ਹਾਲੇ ਤੱਕ, ਸਾਡੇ ਲਗਾਤਾਰ ਧਰਨੇ ਚੱਲੇ ਤੇ ਇਹੀ ਜਵਾਬ ਸੀ ਇੱਕ ਦੋ ਦਿਨਾਂ 'ਚ, ਹਫ਼ਤੇ 'ਚ ਆਪਾਂ ਕਰ ਦਾਂਗੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਇੱਕ ਦੋ ਦਿਨ ਜਿਹੜੇ ਆ 5 ਸਾਲ ਤੋਂ ਵੱਡੇ ਆ ਕਿ ਛੋਟੇ ਆ, ਸਾਨੂੰ ਇਹ ਕਲੀਅਰ ਕਰ ਦੇਣ। ਦੂਸਰੀ ਗੱਲ ਇਹ ਆ ਵੀ ਜੇ ਇਹ ਡਾਕਟਰ ਨੇ, ਮੈਨੂੰ ਲੱਗਦਾ ਵੀ ਇਹਨਾਂ ਹਸਪਤਾਲਾਂ ਨਾਲ ਸਿੱਧਾ ਮਹੀਨਾ ਬੰਨ ਲਿਆ, ਕਿਉਂਕਿ ਮਹੀਨਾ ਖਾਣ 'ਚ ਸ਼ੇਰ ਨੇ। ਮਹੀਨਾ ਬੰਨ ਕੇ ਲੋਕਾਂ ਦਾ ਜਿਹੜਾ ਧਰੋ ਕੱਢਣ ਦਿਆ ਹਸਪਤਾਲਾਂ ਨਾਲ, ਜਿਹੜਾ ਹਸਪਤਾਲਾਂ ਉਹਨਾਂ ਦਾ ਠੇਕਾ ਅੱਜ ਗਿਆ ਇੱਕ ਵਾਰ, ਅਤੇ ਮਹੀਨਾ ਉਹਨਾਂ ਕੋਲ ਲੈ ਰਿਹਾ, ਲੋਕ ਬਿਮਾਰ ਹੋਏ ਅਤੇ ਹਸਪਤਾਲਾਂ 'ਚ ਜਾ ਰਹੇ ਆ। ਪਿਛਲੇ ਵੀ ਇਹਨਾਂ ਨੇ ਮੈਡੀਕਲ ਸਟੋਰ ਵਾਲਿਆਂ ਦੀ ਪੂਰੀ ਚਾਂਦੀ ਕਰਵਾਈ ਸੀਗੀ, ਅਤੇ ਉੱਥੋਂ ਲੋਕਾਂ ਕੋਲ ਮਹੀਨਾ ਖਾਧਾ ਸੀ, ਅਤੇ ਅੱਜ ਹੁਣ ਇਹ ਵੱਡੇ ਵੱਡੇ ਹਸਪਤਾਲਾਂ 'ਚ, ਕਿਉਂਕਿ ਹੁਣ ਜਿਹੜੀ ਬਿਮਾਰੀ ਫੈਲਣੀ ਆ ਉਹ ਇੰਨੀ ਕੁ ਘਾਤਕ ਹੋਣੀ ਆ, ਉਹਦਾ ਕੰਟਰੋਲ ਨਹੀਂ ਹੋਣਾ। ਅਤੇ ਅਸੀਂ ਜਿੰਨੇ ਬੰਦੇ ਬਿਮਾਰ ਹੋਏ ਇਹਨਾਂ ਦੇ ਬੂਹੇ 'ਤੇ, ਇਹਨਾਂ ਦੀਆਂ ਕੋਠੀਆਂ ਅੱਗੇ ਬੈੱਡ ਡਾ ਕੇ ਵਿਛਾ ਕੇ ਆਵਾਂ, ਵੀ ਇਲਾਜ ਕਰਾਓ। ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਅੱਜ ਅੰਮ੍ਰਿਤਸਰ ਦੇ ਛਿਆਟਾ ਇਲਾਕਾ, ਜਿੱਥੇ ਕਿ ਜਗਦੀਸ਼ ਨਿਵਾਸ ਦੇ ਜਿਹੜੇ ਲੋਕ ਨੇ, ਮਾਤਾਵਾਂ ਭੈਣਾਂ ਸਾਡੀਆਂ, ਹੱਥਾਂ ਵਿੱਚ ਪਾਣੀ ਦੀਆਂ ਬੋਤਲਾਂ ਫੜ ਕੇ ਮਜਬੂਰ ਨੇ, ਜਿਹੜਾ ਕਿ ਪ੍ਰਸ਼ਾਸਨ ਦੇ ਖਿਲਾਫ਼ ਅਤੇ ਸਰਕਾਰ ਦੇ ਖਿਲਾਫ਼ ਗੱਲਬਾਤ ਕਰਾਂਗੇ ਆਂਟੀ ਜੀ ਦੇ ਨਾਲ ਵੀ। ਹਾਂਜੀ ਆਂਟੀ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਚਰਨ ਕੌਰ। ਗੁਰਚਰਨ ਕੌਰ ਜੀ, ਕਿੰਨੇ ਚਿਰ ਤੋਂ ਪਾਣੀ ਗੰਦਾ ਆ ਰਿਹਾ, ਫਿਰ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ? ਪਾਣੀ ਜਿਹੜਾ ਅਹਿਮ ਮੁੱਦਾ ਵਾ, ਗਰਮੀ ਬੜੀ ਆ, ਦਿਹਾੜੀ 100 ਵਾਰੀ ਪਾਣੀ ਪੀਣ ਦਾ ਵਾ, ਕਿਸ ਤਰ੍ਹਾਂ ਇਸਤੇਮਾਲ ਕਰਦੇ? ਪਾਣੀ ਇਹ ਜਿਹੜਾ ਵਾ ਲਿਆਉਣਾ ਪੈਂਦਾ ਸਾਨੂੰ ਪਾਣੀ ਬਾਹਰੋਂ ਵੀ ਪੀਣ ਵਾਸਤੇ, ਇਹ ਤਾਂ ਹੱਥ ਨਹੀਂ ਧੋ ਸਕਦੇ, ਇੰਨੀ ਗੰਦੀ ਬਦਬੋ ਆਉਣ ਡਈ ਆ ਪਾਣੀ 'ਚੋਂ। ਅਤੇ ਕੀ ਕਰੋਗੇ? ਇਹਨਾਂ ਨੂੰ ਪ੍ਰਸ਼ਾਸਨ ਕਿੰਨੀ ਵਾਰ ਅਸੀਂ ਕਿਹਾ ਵੀ ਸਾਡਾ ਪਾਣੀ ਬਹੁਤ ਗੰਦਾ ਆਉਣ ਡਿਆ ਵਾ, ਨਹੀਂ ਕੋਈ ਆਇਆ ਹੀ ਨਹੀਂ, ਕੋਈ ਵੇਖਣ ਹੀ ਨਹੀਂ ਆਇਆ। ਉਹ ਪਹਿਲਾਂ ਸਾਰੇ ਚੈਂਬਰ ਵੀ ਭਰੇ ਪਏ, ਬੁਰੀ ਹਾਲ ਆ, ਕੋਈ ਨਹੀਂ ਆਉਂਦਾ। ਕਿੰਨੀ ਕਿੰਨੀ ਵਾਰ ਇਹਨਾਂ ਨੂੰ ਫੋਨ ਕੀਤੇ, ਕਿਹਨੂੰ ਕਿਹਨੂੰ ਫੋਨ ਕੀਤੇ? ਮੈਨੂੰ ਦੱਸੋ ਵੀ ਵੋਟਾਂ ਆ ਗਈਆਂ ਅਤੇ ਹੁਣ ਤੁਹਾਡੇ ਬੂਹੇ ਗਾੜੀ ਆ ਕੇ ਉਹਨਾਂ ਹੱਥ ਪਾਲਾ ਜੋੜਨਾ, ਅਤੇ ਕਿਸੇ ਨੇ ਤੁਹਾਡੀ ਸਾਰ ਕਿਉਂ ਨਹੀਂ ਲਈ? ਕੀ ਜਵਾਬ ਮੰਗੋਗੇ ਨਾ? ਕੋਈ ਉਹ ਜਵਾਬ ਹੀ ਨਹੀਂ ਦਿੰਦੇ। ਤਾਂ ਆਉਣਗੇ ਤਾਂ ਫਿਰ ਪੁੱਛਾਂਗੇ ਵੀ ਪਹਿਲਾਂ ਆਇਆ ਪਾਣੀ ਪੀਓ, ਫਿਰ ਸਾਡੇ ਨਾਲ ਦੂਜੀ ਗੱਲ ਕਰਿਓ। ਅਤੇ ਮੈਨੂੰ ਦੱਸੋ ਵੀ ਰਿਸ਼ਤੇਦਾਰ ਭੈਣ ਭਰਾ ਆਉਂਦਾ ਹੋਊਗਾ, ਫਿਰ ਕਿਸ ਤਰ੍ਹਾਂ ਉਹਨਾਂ ਨੂੰ ਪਾਣੀ ਪਿਆਉਂਦੇ ਹੋ? ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਓ ਹੀ ਨਾ, ਸਾਡੇ ਘਰ ਨਾ ਆਓ, ਤੁਹਾਨੂੰ ਮਿਲ ਜਾਵਾਂਗੇ ਅਸੀਂ। ਆ ਕੇ ਇੱਥੇ ਬਿਮਾਰ ਹੋਣ, ਕਿਸੇ ਦਾ ਜੌਂਡਸ ਹੋ ਗਏ, ਲੀਵਰ ਖਰਾਬ ਹੋ ਜਾਵੇ, ਕਿਡਨੀਆਂ ਖਰਾਬ ਹੋਣ, ਉਹਨਾਂ ਕਹਿਣਾ ਅਸੀਂ ਉੱਥੋਂ ਪਾਣੀ ਪੀ ਕੇ ਆਏ ਹਾਂ। ਅਤੇ ਹੋਣੀਆਂ ਹੈ ਵਾ, ਇਹ ਗੰਦਾ ਜਿੰਨਾ ਪਾਣੀ ਹੈ ਇਹ ਬਿਮਾਰੀਆਂ ਹੀ ਫੈਲਣੀਆਂ, ਪੇਟ ਖਰਾਬ, ਲੋਕਾਂ ਦੇ ਲੂਜ ਮੋਸ਼ਨ ਲੱਗੇ ਆ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਅੰਮ੍ਰਿਤਸਰ ਦੇ ਛਿਆਟਾ ਜਗਦੀਸ਼ ਨਿਵਾਸ ਦੇ ਲੋਕਾਂ ਨਾਲ। ਤੁਸੀਂ ਦੇਖ ਸਕਦੇ ਹੋ ਵੀ ਹੱਥਾਂ ਵਿੱਚ ਪਾਣੀ ਦੀਆਂ ਬੋਤਲਾਂ ਫੜ ਕੇ ਜਿਹੜਾ ਪੀਣ ਵਾਸਤੇ ਮਜਬੂਰ ਨੇ, ਅਤੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜਿਹੜਾ ਕਿ ਉਹਨਾਂ ਜੀ ਨਾਅਰੇਬਾਜ਼ੀ ਕੀਤੀ ਆ, ਅਤੇ ਉਹਨਾਂ ਕਿਹਾ ਵੀ ਜੇਕਰ ਪਾਣੀ ਜਲਦ ਤੋਂ ਜਲਦ ਜਿਹੜਾ ਸਾਡਾ ਪੀਣ ਵਾਲਾ ਪਾਣੀ ਨਹੀਂ ਠੀਕ ਹੋਊਗਾ, ਅਤੇ ਨਹੀਂ ਤਾਂ ਇਹ ਜਿਹੜਾ ਸੜਕਾਂ ਉੱਤੇ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ, ਅਤੇ ਸਰਕਾਰ ਦੇ ਖਿਲਾਫ਼ ਅਤੇ ਪ੍ਰਸ਼ਾਸਨ ਖਿਲਾਫ਼ ਜਿਹੜੇ ਖੁੱਲ੍ਹੇ ਜਿਹੜੇ ਮੋਰਚੇ ਖੋਲ੍ਹੇ ਜਾਣਗੇ। ਹੁਣ ਦੇਖਣਾ ਹੋਵੇਗਾ ਵੀ ਕਦੋਂ ਤੱਕ ਸਰਕਾਰ ਇਸ ਦੀ ਇਹਨਾਂ ਲੋਕਾਂ ਦੀ ਸਾਰ ਲੈਂਦੀ ਆ, ਅਤੇ ਕਦੋਂ ਜਿਹੜਾ ਪੀਣ ਵਾਲਾ ਪਾਣੀ ਜਿਹੜਾ ਉਹ ਸਾਫ਼ ਹੁੰਦਾ ਵਾ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਅੰਮ੍ਰਿਤਸਰ ਤੋਂ।